ਫਿਰ ਤੋਂ ਟੀ ਵੀ ਲਾਏ, ਫਿਰ ਤੋਂ ਟੀ ਵੀ। ਅੱਜ ਸਾਡੇ ਲਈ ਬਹੁਤ ਹੀ ਸੁਭਾਗਾ ਦਿਨ ਹੈ, ਅਸੀਂ ਚਾਹ ਦਾ ਲੁਤਫ ਉਠਾ ਰਹੇ ਹਾਂ। ਜਿਵੇਂ ਕਿ ਆਪ ਜੀ ਨੂੰ ਪਤਾ ਹੈ, ਫੇਤੂ ਨੂੰ ਚਾਹ ਪੀਣ ਦਾ ਬਹੁਤ ਸ਼ੌਕ ਹੈ, ਨਾਲ ਹੀ ਸ਼ੌਕ ਹੈ ਯਾਰਾਂ ਦੋਸਤਾਂ ਨੂੰ ਮਿਲਣ ਦਾ। ਅੱਜ ਸਾਡੇ ਕੋਲ ਬਹੁਤ ਹੀ ਸੁਭਾਗਾ ਦਿਨ ਹੈ, ਸਾਡੇ ਬਹੁਤ ਹੀ ਪੁਰਾਣੇ ਮਿੱਤਰ ਰਘਵੀਰ ਜੀ ਸਾਡੇ ਕੋਲ ਪੁੱਜੇ ਨੇ। ਅੱਜ ਉਹਨਾਂ ਕੋਲ ਸੁਣਦੇ ਹਾਂ, ਇਹਨਾਂ ਦੇ ਭਰਾਤਾ ਜੀ ਬਲਬੀਰ ਆਤਸ਼, ਜੋ ਮੇਰਾ ਵੀ ਜਰਨਲਿਜ਼ਮ ਵਿੱਚ ਅਸੀਂ ਬਹੁਤ ਪੁਰਾਣੇ ਵਕਤ ਖੰਨਾ ਟਾਈਮਸ ਜੀ ਕੱਢਿਆ ਸੀ, ਉਹ ਬਹੁਤ ਅੱਛੇ ਕਵੀ ਵੀ ਸਨ। ਅੱਜ ਉਹਨਾਂ ਨੂੰ ਯਾਦ ਕਰਦੇ ਹੋਏ ਬਲਬੀਰ ਆਤਸ਼ ਹੋਰਾਂ ਨੂੰ, ਉਹਨਾਂ ਦੀ ਕਵਿਤਾ ਇਹਨਾਂ ਕੋਲ ਸੁਣਦੇ ਹਾਂ, ਨਾਲੇ ਆਪ ਜੀ ਦੇ ਸਾਹਮਣੇ ਇਹ ਮਹਿਰਾਬ ਨਾਂ ਦੀ ਕਵਿਤਾ। ਹਾਂਜੀ ਰਘਵੀਰ ਜੀ, ਕੀ ਹਾਲ ਹੈ? ਹਾਂਜੀ ਨਮਸਕਾਰ ਜੀ, ਮੈਂ ਸੇਤੀਆ ਜੀ, ਬਹੁਤ ਅੱਛਾ ਲੱਗਿਆ। ਬਲਬੀਰ ਆਤਸ਼ ਤਾਂ ਤੁਹਾਡੇ ਨਾਲ ਖੰਨਾ ਟਾਈਮਸ ਕੱਢਦੇ ਰਹੇ, ਕੰਮ ਕਰਦੇ ਰਹੇ, ਕਿਉਂਕਿ ਮੈਂ ਮੈਨੂੰ ਪੰਜਾਬੀ ਲਿਖਣ ਦਾ ਜੀ ਉਹਨਾਂ ਨੇ ਹੀ ਲਾਇਆ ਸੀ ਬਹੁਤ ਸਵਾਦ, ਮਤਲਬ ਮੇਰੀ ਜੋ ਲੈਂਗੁਏਜ ਉਹੀ ਪ੍ਰੂਫ ਚੈੱਕ ਕਰਦੇ ਹੁੰਦੇ ਸੀ। ਕਿਹੜੀ ਅਖਬਾਰ ਸੀ ਜੀ ਉਦੋਂ? ਖੰਨਾ ਟਾਈਮ ਸੀ, ਖੰਨਾ ਟਾਈਮ ਦੇ ਵਿੱਚ ਪਰਮਜੀਤ ਵੀ ਸਾਡੇ ਨਾਲ ਹੀ ਸੀਗੇ, ਬੜੀ ਪੁਰਾਣੀ। ਇਹੀ ਸੋਚ ਗਿਆ ਸੀ ਮੈਂ, ਬੈਠਾ ਸੀ ਜੀ, ਮੈਨੂੰ ਖਿਆਲ ਆ ਗਿਆ ਵੀ ਚਾਹ ਪੀਂਦੇ ਹੋਏ ਆਪਾਂ ਕਵਿਤਾ ਕਿਉਂ ਨਾ ਆਪਸ ਸ਼ੇਅਰ ਕਰੀਏ, ਪੁਰਾਣੀਆਂ ਯਾਦਾਂ ਯਾਦਾਂ ਤਾਜ਼ਾ ਹੋ ਜਾਣਗੀਆਂ। ਉਹਨਾਂ ਦੀ ਕਵਿਤਾ ਹੈ ਜੀ ਮਹਿਰਾਬਾਂ। ਠੀਕ ਹੈ, ਲਓ ਪੇਸ਼ ਹੈ। ਇੱਕ ਮਹਿਰਾਬ ਸਰੂ ਦਾ ਬੂਟਾ, ਪਰ ਅੱਖਾਂ ਵਿੱਚ ਟੋਏ, ਬੀਤ ਗਏ ਨੂੰ ਚੇਤੇ ਕਰਕੇ ਮੁੜ ਮੁੜ ਬੂਹਾ ਟੋਏ। ਇੱਕ ਮਹਿਰਾਬ ਕਸੀਦਾ ਕੱਢੇ ਕਿੱਕਰ ਦੇ ਮੁੱਢ ਉੱਤੇ, ਫਿਰ ਵੀ ਫੁੱਲ ਕੌਲਾਂ ਦੇ ਕੱਚੇ ਨਹੀਂ ਉੱਠਦੇ ਸੁੱਤੇ। ਵਾਹ! ਇੱਕ ਮਹਿਰਾਬ ਗੜੀ ਦਾ ਟੁੱਟਾ, ਖਿੜੀ ਕਪਾਹ ਦੀ ਫੁੱਟੀ, ਚੜ੍ਹਦੀ ਉਮਰੇ ਜਿਵੇਂ ਪਲਾਹੀ, ਹੋਵੇ ਬਣ ਬਣ ਚੋਂ ਕੱਟੀ। ਇੱਕ ਮਹਿਰਾਬ ਨੇਰੀ ਸੰਧਿਆ ਹੈ, ਵੇਸ ਗੇਰੁਆ ਪਾਇਆ, ਦਸਤਕ ਵਾਂਗਰ ਬੂਹੇ ਚੱਕੀ, ਜਿਉਂ ਹੌਂਕਾ ਤਰਹਾਇਆ। ਇੱਕ ਮਹਿਰਾਬ ਸੰਖ ਪੂਰਤੀ। ਵਾਹ! ਇੱਕ ਮਹਿਰਾਬ ਸੰਖ ਪੂਰਦੀ, ਠਾਕਰ ਦੁਆਰੇ ਅੰਦਰ, ਪਾਰਵਤੀ ਲਈ ਤਹਿ ਖਾਨਾ ਹੈ ਜਿੱਥੇ ਸ਼ਿਵ ਦਾ ਮੰਦਰ। ਇੱਕ ਮਹਿਰਾਬ ਸ਼ੀਸ਼ ਮਹਿਲ ਦੀ ਰੰਗਸ਼ਾਲਾ ਵਿੱਚ ਸੁੱਤੀ। ਵਾਹ! ਇੱਕ ਮਹਿਰਾਬ ਸ਼ੀਸ਼ ਮਹਿਲ ਦੀ ਰੰਗਸ਼ਾਲਾ ਵਿੱਚ ਸੁੱਤੀ, ਸੋਨੇ ਦੀਆਂ ਤਾਰਾਂ ਵਿੱਚ ਕੱਢੀ ਜਿਉਂ ਚਮੜੇ ਦੀ ਜੁੱਤੀ। ਸੋਨੇ ਦੀਆਂ ਤਾਰਾਂ ਵਿੱਚ ਕੱਢੀ ਜਿਉਂ ਚਮੜੇ ਦੀ ਜੁੱਤੀ। ਇੱਕ ਮਹਿਰਾਬ ਸੜਕ 'ਤੇ ਚਿਪਕੀ, ਇੱਕ ਮਹਿਰਾਬ ਸੜਕ 'ਤੇ ਚਿਪਕੀ, ਲੁੱਕ ਦੇ ਅੰਦਰ ਚਾਕੇ। ਇੱਕ ਮਹਿਰਾਬ ਸੜਕ 'ਤੇ ਚਿਪਕੀ, ਲੁੱਕ ਦੇ ਅੰਦਰ ਚਾਕੇ, ਅੰਬਰ ਦੀ ਪੌੜੀ 'ਤੇ ਚੜ੍ਹਦੀ ਤਰਲਾ ਲਾਈ ਟਾਕੇ। ਵਾਹ! ਇੱਕ ਮਹਿਰਾਬ ਦੰਦਾਸਾ ਮੜ ਕੇ, ਇੱਕ ਮਹਿਰਾਬ ਦੰਦਾਸਾ ਮੜ ਕੇ ਟਿੱਚਰ ਬਣੀ ਖਲੋਤੀ, ਜੋ ਜਦ ਚਾਹੇ ਉਹਦੇ ਵਿਹੜੇ ਬਣ ਸਕਦਾ ਹੈ ਬੋਤੀ। ਇੱਕ ਮਹਿਰਾਬ ਰੋਟੀ ਦਾ ਟੁਕੜਾ, ਵਾਹ ਵਾਹ ਵਾਹ! ਇੱਕ ਮਹਿਰਾਬ ਰੋਟੀ ਦਾ ਟੁਕੜਾ, ਮਿਹਨਤ ਦੇ ਦਰਵਾਜ਼ੇ, ਜਿਸ ਦੀ ਖਾਤਰ ਜੂਝ ਰਹੇ ਹਨ ਹੱਕਾਂ ਦੇ ਸ਼ਹਿਜ਼ਾਦੇ। ਵਾਹ ਜੀ ਵਾਹ, ਵਾਹ! ਜਿਸ ਦੀ ਖਾਤਰ ਜੂਝ ਰਹੇ ਹਨ ਹੱਕਾਂ ਦੇ ਸ਼ਹਿਜ਼ਾਦੇ। ਧੰਨਵਾਦ ਸੀਤੀਆ ਜੀ। ਹਾਂਜੀ, ਇੱਕ ਆਪਾਂ ਹੋਰ ਕੰਮ ਕਰਨਾ ਜੀ ਜੀ ਆਪਣੀ ਜਨਰੇਸ਼ਨ ਨੂੰ ਤਾਂ ਪਤਾ ਹੈ ਮਹਿਰਾਬ ਕੀ ਚੀਜ਼ ਹੈ,
ਆਪਾਂ ਇਹ ਵੀ ਦੱਸੀਏ ਕਿ ਮਹਿਰਾਬ ਹੈ ਕੀ, ਜਿਹੜੀ ਨਵੀਂ ਜਨਰੇਸ਼ਨ ਲਈ ਕਿਸੇ ਨੂੰ ਨਹੀਂ ਪਤਾ, ਮਤਲਬ ਟ੍ਰਾਂਸਲੇਸ਼ਨ ਮਹਿਰਾਬ ਉਹੀ ਹੈ ਨਾ ਜਿਹੜਾ ਦਰਵਾਜ਼ੇ ਦੇ ਉੱਤੇ। ਹਾਂਜੀ ਹਾਂ, ਦਰਵਾਜ਼ਿਆਂ ਦੇ ਬਾਹਰਲੇ ਪਾਸੇ ਜੋ ਕੁਛ ਬਣਾਇਆ ਹੁੰਦਾ ਨਾ ਜੀ, ਆਪਾਂ ਕਿਸੇ ਵੇਲੇ ਦੀ ਇੱਕ ਤਸਵੀਰ ਵੀ ਨਾਲ ਪੇਸ਼ ਕਰਾਂਗੇ ਕਿਸੇ ਟਾਈਮ ਨੂੰ ਨਵੀਂ ਪੀੜ੍ਹੀ, ਆਪਾਂ ਇਹਦੇ ਨਾਲ ਕੋਸ਼ਿਸ਼ ਕਰਾਂਗੇ ਆਪਾਂ ਅਗਲੇ ਕੀਤੀ ਜਾ ਅਗਲੇ ਪ੍ਰੋਗਰਾਮਾਂ 'ਚ ਜਿਹੜਾ ਕੋਈ ਔਖਾ ਵਰਡ ਹੋਵੇ ਆਪਾਂ ਨੇ ਉਹਨੂੰ ਸਮਝਾ ਵੀ ਦੇਣਾ। ਬਿਲਕੁਲ, ਠੀਕ ਹੈ ਜੀ, ਅੱਗੇ ਤੋਂ ਆਪਾਂ ਇਹ ਸ਼ਬਦਾਂ ਦੇ ਨਾਲ ਸਮਝਾਇਆ ਵੀ ਕਰਾਂਗੇ, ਅਤੇ ਸਭ ਤੋਂ ਬੜੀ ਗੱਲ ਕੀ ਉਹਦਾ ਥੋੜ੍ਹਾ ਜਿਹਾ ਵਿਜੂਅਲ ਵੀ ਆਪਾਂ ਪੇਸ਼ ਕਰਦੇ ਹਾਂ ਕਰਾਂਗੇ, ਉਹਦੀ ਫੋਟੋਗ੍ਰਾਫੀ ਹੋ ਜਾਵੇ ਥੋੜ੍ਹੀ ਜਿਹੀ, ਉਹ ਪੇਸ਼ ਹੋ ਜਾਵੇ ਫਿਰ ਸੌਖਾ ਹੋ ਜਾਂਦਾ, ਨਾਲੇ ਮਤਲਬ ਆਪਣਾ ਇਹ ਆ ਵੀ ਨਵੀਂ ਪੀੜ੍ਹੀ ਤੱਕ ਨਵੀਂ ਪੀੜ੍ਹੀ ਨੂੰ ਵੀ ਆਪਾਂ ਸੱਭਿਆਚਾਰਕ ਸਾਂਝਾ ਉਹਨਾਂ ਨਾਲ ਵੀ ਪੈਦਾ ਕਰਨੀਆਂ, ਜੋੜਿਆ ਜਾ। ਠੀਕ ਹੈ, ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ। ਦੋਸਤੋ, ਤੁਹਾਨੂੰ ਸਾਡਾ ਇੱਕ ਪ੍ਰੋਗਰਾਮ ਕਿਵੇਂ ਲੱਗਿਆ? ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਜੁੜਦੇ ਰਹਿ ਕਰੋ। ਸਾਡਾ ਨੰਬਰ 98-150-77-425, ਫਿਰ ਤੋਂ ਟੀ ਵੀ ਦੇਖਦੇ ਰਹੋ, ਘਰ ਘਰ ਫਿਰ ਤੂੰ, ਘਰ ਘਰ ਫਿਰ ਤੂੰ, ਘਰ ਘਰ ਫਿਰ ਤੂੰ।